पूरे पंजाब दे विच कोरोना वायरस के कारण कर्फ्यू लग्या होया है। इस वक्त की खबर तरन तारण तो आ रही है जिथे कि कोरोना वायरस ने दस्तक दे दिती है। जिले च 6 व्यक्ति कोरोना वायरस पॉजिटिव पाए गए हैं। जिला तरन तारण के डिप्टी कमिश्नर प्रतीप कुमार सबरवाल ने इस बारे जानकारी दी। कोरोना वायरस पॉजिटिव पाए गए मरीजों चो 5 मरीज सुरसिंह पिंड दे ते 1 बासर के पिंड का व्यक्ति है। पेशेंट जो पैसेंजर सीगे हजूर साहब तो आए ने 24 तारीक नु बाबा तारा सिंह सराली वाले ने उन्होंने 2 गड्डियां करके दित्तियां सीगियां प्राइवेट वैन्स ओदे विच आए ने ते उच्च अधिकारी दा हुकम मुताबक असीं उन्हां दे सैंपल लिते सीगे शनिवार 21 बंदे आए सीगे 17 दे सैंपल लिते सीगे 2 पेशेंट दे होर सैंपल लिते सीगे ਅਤੇ 17 ਦੇ ਵਿੱਚੋਂ 5 ਪੇਸ਼ੈਂਟ ਜਿਹੜੇ ਹੈਗੇ ਨੇ ਸੁਰਸਿੰਘ ਪਿੰਡ ਦੇ ਪੋਜ਼ਿਟਿਵ ਆਏ ਨੇ ਜਿਨ੍ਹਾਂ ਨੂੰ ਅੱਜ ਤਰਨ ਤਾਰਨ ਦੀ ਟੀਮ ਉੱਚ ਅਧਿਕਾਰੀਆਂ ਨਾਲ ਲੈ ਕੇ ਅਤੇ ਉਹਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ 14 ਵਸ ਲੈ ਗਏ। ਸਰ ਇੱਕ ਜਿਹੜੀ ਲੇਡੀ ਬਾਸਰ ਕੇ ਪਿੰਡ ਦੀ ਤਾਂ ਉਹਨਾਂ ਦੀ ਡਿਲੀਵਰੀ ਹੋਈ ਸੀ ਕਹਿੰਦੇ ਉਹਦੇ ਪੋਜ਼ਿਟਿਵ ਪਾਇਆ ਗਿਆ। ਇਹ ਵੀ ਸਰ ਉੱਪਰੋਂ ਆਈਆਂ ਸੀ ਇੰਸਟਰਕਸ਼ਨਸ ਕਿ ਜਿਨ੍ਹਾਂ ਲੇਡੀਜ਼ ਦੀ ਡਿਲੀਵਰੀ ਹੋਣ ਵਾਲੀ ਹੈ ਜਾਂ ਹੋ ਚੁੱਕੀ ਹੈ ਉਹਨਾਂ ਦਾ ਵੀ ਟੈਸਟ ਕੀਤਾ ਜਾਵੇ। ਉਹਨੂੰ ਸਿੰਪਟਮ ਤਾਂ ਕੋਈ ਨਹੀਂ ਸੀ ਹੈਗੇ ਅਤੇ ਉਹਦਾ ਟੈਸਟ ਕੀਤਾ ਗਿਆ ਸੀ ਉਹਦਾ ਵੀ ਪੋਜ਼ਿਟਿਵ ਪਾਇਆ ਗਿਆ ਬਾਸਰ ਕੇ ਪਿੰਡ ਦਾ। ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਕਿ ਹਾਂ ਕੀ ਕਰਨਾ ਚਾਹੀਦਾ? ਮੈਂ ਸਾਰੇ ਆਪਣੇ ਭਰਾਵਾਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਰੋਨਾ ਦੀ ਬਿਮਾਰੀ ਦਾ ਮਾਹੌਲ ਨਾ ਬਣਾਈਏ ਅਤੇ ਜੋ ਸਰਕਾਰ ਉੱਚ ਅਧਿਕਾਰੀਆਂ ਨੇ ਉਹਨਾਂ ਨੇ ਪਾਲਣਾ ਕਰੀਏ ਆਪਣੇ ਆਪ ਦਾ 1 ਮੀਟਰ ਦਾ ਡਿਫਰੈਂਸ ਬਣਾ ਕੇ ਰੱਖੀਏ ਅਤੇ ਘਰਾਂ ਤੋਂ ਲੋੜ ਤੋਂ ਬਗੈਰ ਬਾਹਰ ਨਾ ਨਿਕਲੀਏ ਕਿਉਂਕਿ ਜੇ ਬਿਮਾਰੀ ਮਾੜੀ ਜਿਹੀ ਹੁੰਦੀ ਤਾਂ ਅਮੈਰੀਕਾ ਇਟਲੀ ਦੇ ਵਿੱਚ 2000 ਮੌਤ ਰੋਜ਼ ਦੀ ਨਾ ਹੁੰਦੀ। ਆਪਾਂ ਉਹਨਾਂ ਵੱਲ ਦੇਖਦੇ ਹੋਏ ਹਾਂ ਇਸ ਲਈ ਸਾਨੂੰ ਚਾਹੀਦਾ ਕਿ ਅਸੀਂ ਉੱਚ ਅਧਿਕਾਰੀ ਨਾਲ ਮਿਲ ਪਾਲਣਾ ਕੀਤੀ ਹੋਵੇ ਅਤੇ ਆਪਣੇ ਆਪ ਨੂੰ ਘਰ ਦੇ ਵਿੱਚ ਰੱਖਿਆ ਜਾਵੇ ਸਿਰਫ 1 ਇਹੀ ਇਲਾਜ ਹੈ ਜੀ। ਤਰਨ ਤਾਰਨ ਤੋਂ ਪਵਨ ਕੁਮਾਰ ਦੀ ਰਿਪੋਰਟ ਦਾ TVNRI।